ਇਹ ਵੀਡੀਓ ਗਰਭ ਡਿੱਗਣ ਦੇ ਪ੍ਰਮੁੱਖ ਕਾਰਨਾਂ 'ਵਲ ਧਿਆਨ ਦਿੰਦੀ ਹੈ। ਇਸ ਵੀਡੀਓ ਨੂੰ ਦੇਖਦੇ ਹੋਏ ਤੁਹਾਡੇ ਮਨ ਵਿੱਚ ਜੋ ਵੀ ਸਵਾਲ ਆਉਣ ਕਿਰਪਾ ਕਰਕੇ ਉਹਨਾਂ ਨੂੰ ਲਿਖੋ ਤਾਂ ਕਿ ਤੁਸੀਂ ਉਹਨਾਂ ਨੂੰ ਆਪਣੀ ਸਿਹਤ ਸੰਭਾਲ ਪ੍ਰਦਾਤਾ ਨਾਲ ਸਾਂਝੇ ਕਰ ਸਕੋ। ਗਰਭ ਡਿੱਗਣ ਦਾ ਮਤਲਬ ਹੈ ਗਰਭਵਸਥਾ ਦੇ 20 ਹਫ਼ਤੇ ਪੂਰੇ ਹੋਣ ਤੋਂ ਪਹਿਲਾਂ ਗਰਭ ਨੂੰ ਅਚਾਨਕ ਖਾਨੀ ਹੋਣੀ। ਆਪਣੇ ਜੀਵਨ ਕਾਲ ਦੌਰਾਨ ਲਗਭਗ 25% ਕੈਨੇਡੀਅਨ ਔਰਤਾਂ ਨੂੰ ਗਰਭ ਡਿੱਗਣ ਦਾ ਅਨੁਭਵ ਕਰਨਾ ਪਵੇਗਾ। ਗਰਭ ਡਿੱਗਣਾ ਅਕਸਰ ਗਰਭ ਕਾਲ ਦੇ ਮੁਢਲੇ ਦਿਨਾਂ ਵਿੱਚ ਵਾਪਰਦਾ ਹੈ ਹਾਲਾਂਕਿ ਇਹ ਮਨੁੱਖੀ ਪ੍ਰਜਨਨ ਦਾ ਇੱਕ ਆਮ ਹਿੱਸਾ ਹੈ ਪਰ ਜਦੋਂ ਤੁਹਾਡਾ ਗਰਭ ਡਿੱਗਦਾ ਹੈ ਤਾਂ ਇਹ ਦਿਲ ਤੋੜਨ ਵਾਲਾ ਅਤੇ ਦੁਖਦਾਇਕ ਹੋ ਸਕਦਾ ਹੈ ਤੁਹਾਨੂੰ ਇਹ ਫਿਕਰ ਹੋ ਸਕਦਾ ਹੈ ਕਿ ਤੁਹਾਡੇ ਸਰੀਰ ਵਿੱਚ ਕੋਈ ਨੁਕਸ ਹੈ ਜਾਂ ਫਿਰ ਤੁਹਾਡੀ ਕਿਸੇ ਗਲਤੀ ਕਾਰਨ ਗਰਭ ਡਿੱਗ ਗਿਆ ਹੈ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਗਰਭ ਡਿੱਗਣ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਹੈ ਆਮ ਗਤੀਵਿਧੀਆਂ ਜਿਵੇਂ ਕਿ ਕਸਰਤ ਸੰਭੋਗ ਕਰਨਾ ਯਾਤਰਾ ਕਰਨੀ ਅਤੇ ਕੰਮ ਕਰਨਾ ਗਰਭ ਡਿੱਗਣ ਦੀ ਵਜ੍ਹਾ ਨਹੀਂ ਹਨ ਗਰਭ ਡਿੱਗਣ ਦੇ ਕੁਝ ਲੱਛਣ ਅਚਾਨਕ ਆਪਰਦੇ ਹਨ ਤੁਹਾਡੇ ਕੜਵਲ ਪੈਣ ਦਾ ਅਹਿਸਾਸ ਹੋ ਸਕਦਾ ਹੈ ਖੂਨ ਦੇ ਗੱਥਲੇ ਨਜ਼ਰ ਆ ਸਕਦੇ ਹਨ ਅਤੇ ਟਿਸ਼ੂ ਨਿਕਲ ਸਕਦੇ ਹਨ ਕਈ ਵਾਰੀ ਹੋ ਸਕਦਾ ਹੈ ਕਿ ਕੋਈ ਸੰਕੇਤ ਹੀ ਨਾ ਆਉਣ ਹੋ ਸਕਦਾ ਹੈ ਕਿ ਆਪਣੀ ਪਹਿਲੀ ਅਲਟਰਾਸਾਉਂਡ ਅਪਾਇੰਟਮੈਂਟ ਤੱਕ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਕੁਝ ਗੜਬੜ ਹੈ ਇਹ ਭਾਵੇਂ ਜਿਵੇਂ ਮਰਜ਼ੀ ਹੋਵੇ ਤਾਂ ਉਹ ਬਹੁਤ ਹੀ ਤੀਬਰ ਅਹਿਸਾਸ ਹੋ ਸਕਦੇ ਹਨ ਜਿਵੇਂ ਕਿ ਸੋਗ ਗੁੱਸਾ ਜਾਂ ਉਦਾਸੀ ਜਾਂ ਪਹਿਲਾਂ ਤੁਹਾਨੂੰ ਗੁਮਸੂਮ ਮਹਿਸੂਸ ਹੋ ਸਕਦਾ ਹੈ ਪਰ ਬਾਅਦ ਵਿੱਚ ਬਹੁਤ ਸਾਰੇ ਜਜ਼ਬਾਤ ਦਾ ਅਨੁਭਵ ਹੋ ਸਕਦਾ ਹੈ ਹਰ ਕਿਸੇ ਦਾ ਤਜਰਬਾ ਵੱਖਰਾ ਹੁੰਦਾ ਹੈ ਗਰਭ ਡਿੱਗਣ ਦਾ ਕਾਰਨ ਹਰ ਵਾਰੀ ਪਤਾ ਨਹੀਂ ਲੱਗਦਾ ਪਰ ਅਧਿਐਨਾਂ ਨੇ ਦਰਸਾਇਆ ਹੈ ਕਿ ਗਰਭ ਡਿੱਗਣ ਦੇ 70% ਤੋਂ ਵੀ ਵੱਧ ਮਾਮਲਿਆਂ ਦਾ ਕਾਰਨ ਇਤਫਾਕੀਆ ਜੈਨੇਟਿਕ ਨੁਕਸ ਹੁੰਦੇ ਹਨ ਜੋ ਕਿ ਭਰੂਣ ਦੇ ਵਿਕਸਿਤ ਹੋਣ ਤੋਂ ਪਹਿਲਾਂ ਜਾਂ ਉਸ ਦੌਰਾਨ ਸਾਹਮਣੇ ਆਉਂਦੇ ਹਨ ਇਹਨਾਂ ਵਿੱਚੋਂ ਸਭ ਤੋਂ ਆਮ ਨੁਕਸਨ ਨੂੰ ਐਨਿਊਪਲੋਇਡੀ ਕਹਿੰਦੇ ਹਨ ਐਨਿਊਪਲੋਇਡੀ ਸੈੱਲ ਦੇ ਪੱਧਰ ਤੇ ਗਰਭ ਧਾਰਨ ਕਰਨ ਤੋਂ ਵੀ ਪਹਿਲਾਂ ਵਾਪਰਦਾ ਹੈ ਮਨੁੱਖੀ ਸੈੱਲਾਂ ਵਿੱਚ ਆਮ ਤੌਰ ਤੇ 46 ਕਰੋਮੋਸੋਮ ਹੁੰਦੇ ਹਨ ਜੇ ਇੱਕ ਕਰੋਮੋਸੋਮ ਵਾਧਾ ਘਾਟ ਹੋਵੇ ਤਾਂ ਉਹ ਸੈੱਲ ਐਨਿਊਪਲੋਇਡ ਹੁੰਦਾ ਹੈ ਅੰਡੇ ਦਾ ਸੈੱਲ ਅਤੇ ਸ਼ੁਕਰਾਣੂ ਦਾ ਸੈੱਲ ਨੂੰ ਰਲ ਕੇ ਭਰੂਣ ਬਣਨ ਤੋਂ ਪਹਿਲਾਂ ਆਪੋ ਆਪਣੇ ਕਰੋਮੋਸੋਮਸ ਨੂੰ ਦੋ ਐਨ ਬਰਾਬਰ ਦੇ ਹਿੱਸਿਆਂ ਵਿੱਚ ਵੰਡਣਾ ਪੈਂਦਾ ਹੈ ਤਾਂ ਕਿ ਉਹ 23 ਕਰੋਮੋਸੋਮ ਪਾਵ ਆਪਣਾ ਅੱਧਾ ਡੀਐਨਏ ਭਰੂਣ ਲਈ ਪ੍ਰਦਾਨ ਕਰ ਸਕਣ ਵਿਭਾਜਨ ਦੀ ਇਸ ਪ੍ਰਕਿਰਿਆ ਨੂੰ ਮਾਇਓਸਿਸ ਕਹਿੰਦੇ ਹਨ ਜਦੋਂ ਕਰੋਮੋਸੋਮ ਦੇ ਜੋੜੇ ਸਹੀ ਢੰਗ ਨਾਲ ਵਿਭਾਜਿਤ ਨਹੀਂ ਹੁੰਦੇ ਤਾਂ ਭਰੂਣ ਨੂੰ 46 ਤੋਂ ਵੱਧ ਜਾਂ 46 ਤੋਂ ਘੱਟ ਕਰੋਮੋਸੋਮ ਮਿਲ ਸਕਦੇ ਹਨ ਅਤੇ ਇਸ ਦੇ ਨਤੀਜੇ ਵਜੋਂ ਹੋ ਸਕਦਾ ਹੈ ਕਿ ਭਰੂਣ ਨੂੰ ਜਿਉਂਦੇ ਰਹਿਣ ਲਈ ਲੋੜੀਂਦੀ ਜੈਨੇਟਿਕ ਸਮੱਗਰੀ ਨਾ ਮਿਲੇ ਇਹ ਵੀ ਸੰਭਵ ਹੈ ਕਿ ਨਵੇਂ ਬਣੇ ਭਰੂਣ ਕੋਲ ਕਰੋਮੋਸੋਮ ਦੀ ਸਹੀ ਸੰਖਿਆ ਤਾਂ ਹੋਵੇ ਪਰ ਇਨ੍ਹਾਂ ਕਰੋਮੋਸੋਮਸ ਵਿੱਚ ਓਸ ਕੋਲ આનੁਵਾਂਸ਼ਿਕ ਸਮਗਰੀ ਜਿਵੇਂ ਡੀਐਨਏ ਲੋੜ ਨਾਲੋਂ ਜ਼ਿਆਦਾ ਜਾਂ ਘੱਟ ਹੋਵੇ। ਇਹ ਸਣੁਵਾਂਸ਼ਿਕ ਅਸੰਤੁਲਨ ਕਾਰਨ ਹੋ ਸਕਦਾ ਹੈ ਕਿ ਭਰੂਣ ਇੰਨਾ ਚਿਰ ਜਿਉਂਦਾ ਰਹਿ ਜਾਵੇ ਕਿ ਤੁਸੀਂ ਪਹਿਲੇ ਅਲਟਰਾਸਾਉਂਡ ਵਿੱਚ ਉਸਨੂੰ ਦੇਖ ਸਕੋ ਪਰ ਅਕਸਰ ਇਸ ਤੋਂ ਪਹਿਲਾਂ ਉਸਦਾ ਵਿਕਾਸ ਰੁਕ ਚੁੱਕਾ ਹੋਵੇਗਾ। ਅਕਸਰ ਪਹਿਲੀ ਤਿਮਾਹੀ ਪਾਉ 12 ਹਫ਼ਤਿਆਂ ਤੱਕ ਦੇ ਸਮੇਂ ਦੌਰਾਨ ভ্রूण ਦਾ ਵਿਕਾਸ ਹੋਣਾ ਬੰਦ ਹੋ ਜਾਂਦਾ ਹੈ ਐਨਿਊਪਲੋਇਡੀ ਬਹੁਤ ਆਮ ਹੈ ਇਹ ਤੁਹਾਡੇ ਵੱਲੋਂ ਕੀਤੇ ਕਿਸੇ ਕੰਮ ਕਾਰਨ ਨਹੀਂ ਵਾਪਰਦੀ ਅਤੇ ਇਸ ਦੀ ਰੋਕਥਾਮ ਨਹੀਂ ਕੀਤੀ ਜਾ ਸਕਦੀ ਪਰ ਅਸੀਂ ਜਾਣਦੇ ਹਾਂ ਕਿ ਸਾਡੀ ਉਮਰ ਵਧਣ ਦੇ ਨਾਲ ਇਸ ਦੇ ਆਸਾਰ ਵੱਧ ਜਾਂਦੇ ਹਨ ਉਦਾਹਰਣ ਵਜੋਂ ਖੋਜ ਨੇ ਦਰਸਾਇਆ ਹੈ ਕਿ ਔਰਤਾਂ ਵਿੱਚ ਇੱਕ ਵਾਧੂ ਕਰੋਮੋਸੋਮ ਵਾਲਾ ਭਰੂਣ ਵਿਕਸਿਤ ਹੋਣ ਦਾ ਖਤਰਾ ਜਿਸ ਨੂੰ ਕਿ ਟ੍ਰਾਈਸੋਮਿਕ ਪ੍ਰੈਗਨੈਂਸੀ ਕਿਹਾ ਜਾਂਦਾ ਹੈ 20 ਦੀ ਉਮਰ ਵਿੱਚ 2 ਤੋਂ 3 ਪ੍ਰਤੀਸ਼ਤ ਹੁੰਦਾ ਹੈ ਪਰ 40 ਸਾਲ ਤੋਂ ਵੱਧ ਉਮਰ ਵਾਲੀਆਂ ਔਰਤਾਂ ਵਿੱਚ ਇਹ ਖਤਰਾ ਵੱਧ ਕੇ 30 ਤੋਂ 50% ਹੋ ਜਾਂਦਾ ਹੈ ਜੇ ਤੁਸੀਂ ਬੀਸੀ ਵਿੱਚ ਰਹਿੰਦੇ ਹੋ ਤਾਂ ਹੋ ਸਕਦਾ ਹੈ ਕਿ ਤੁਸੀਂ ਆਪਣੇ ਗਰਭ ਦੇ ਟਿਸ਼ੂ ਦਾ ਟੈਸਟ ਕਰਵਾਉਣ ਦੇ ਯੋਗ ਹੋਵੋ ਇਸ ਟੈਸਟ ਨਾਲ ਇਹ ਪਤਾ ਲੱਗਦਾ ਹੈ ਕਿ ਕੀ ਤੁਹਾਡਾ ਗਰਭ ਐਨੀਪਲੋਇਡੀ ਕਾਰਨ ਡਿੱਗ ਗਿਆ ਹੈ ਆਪਣੀ ਸਿਹਤ ਸੰਭਾਲ ਪ੍ਰਦਾਤਾ ਨਾਲ ਟੈਸਟਿੰਗ ਬਾਰੇ ਗੱਲ ਕਰੋ ਜੇ ਇੱਕ ਤੋਂ ਬਾਅਦ ਇੱਕ ਦੋ ਵਾਰੀ ਤੁਹਾਡਾ ਗਰਭ ਡਿੱਗ ਚੁੱਕਾ ਹੈ ਜਾਂ ਜੇ ਅਲਟਰਾਸਾਉਂਡ ਦੇ ਸਾਈਜ਼ ਮੁਤਾਬਕ 10 ਹਫ਼ਤੇ ਬਾਅਦ ਤੁਹਾਡਾ ਗਰਭ ਡਿੱਗ ਜਾਂਦਾ ਹੈ गर्भ डिगण के समय तीडी उम्र पैंती साल ज इस तो ज्यादा है एनियोप्लोयडी ज होर आनुवांशिक असंतुलन कारण गर्भ डिगण तो बाद अगली बारी धारण किया गर्भ ज्यादातर सेहतमंद होंगे है हालांकि बहुत घट हों पर होर मैडिकल समस्यावान भी गर्भ डिगण की वजह बन दया जिमें डायबिटीज या थायरॉयड की बीमारी बच्चेदानी संबंधी समस्यावान आटोइम्यून बीमारिया जिमें लूपस या एंटीफॉसफिलिपिट सिड्रम ਮਾਪਿਆਂ ਵਿੱਚ આનੁਵੰਸ਼ਿਕ ਪਿੰਤਾਵਾਂ ਇਹਨਾਂ ਮੈਡੀਕਲ ਸਮੱਸਿਆਵਾਂ ਕਾਰਨ ਅਕਸਰ ਵਾਰ-ਵਾਰ ਗਰਭ ਦਾ ਨੁਕਸਾਨ ਹੁੰਦਾ ਹੈ ਤੁਹਾਡੇ ਸਿਹਤ ਸੰਭਾਲ ਪ੍ਰਦਾਤਾ ਵੱਲੋਂ ਤੁਹਾਨੂੰ ਦੱਸਿਆ ਜਾਵੇਗਾ ਕਿ ਇਹਨਾਂ ਵਿੱਚੋਂ ਕਿਸੇ ਵੀ ਸਮੱਸਿਆ ਲਈ ਕੀ ਤੁਹਾਡਾ ਟੈਸਟ ਕੀਤਾ ਜਾਣਾ ਚਾਹੀਦਾ ਹੈ ਗਰਭ ਡਿੱਗਣਾ ਭਾਵੇਂ ਕਿੰਨਾ ਵੀ ਆਮ ਹੋਵੇ ਸੰਤਾਨ ਪ੍ਰਾਪਤੀ ਦੇ ਤੁਹਾਡੇ ਸੁਪਨੇ ਲਈ ਇਹ ਇੱਕ ਵੱਡੇ ਝਟਕੇ ਵਜੋਂ ਮਹਿਸੂਸ ਹੋ ਸਕਦਾ ਹੈ ਗਰਭ ਡਿੱਗਣ ਤੋਂ ਬਾਅਦ ਸੋਗ ਮਹਿਸੂਸ ਕਰਨਾ ਆਮ ਹੈ ਤੁਹਾਨੂੰ ਇਕਲਤਾ ਤੇ ਤਨਹਾਈ ਦਾ ਅਹਿਸਾਸ ਹੋ ਸਕਦਾ ਹੈ ਪਰ ਤੁਸੀਂ ਇਕੱਲੇ ਨਹੀਂ ਹੋ ਅਨੇਕਾਂ ਹੋਰ ਮਾਪੇ ਅਤੇ ਪਰਿਵਾਰ ਇਸੇ ਦੁੱਖ ਵਿੱਚੋਂ ਲੰਘ ਰਹੇ ਹਨ ਜਦੋਂ ਤੁਸੀਂ ਤਿਆਰ ਹੋਵੋ ਉਦੋਂ ਉਨ੍ਹਾਂ ਤੱਕ ਪਹੁੰਚ ਕਰੋ ਜਿਨ੍ਹਾਂ ਉੱਪਰ ਤੁਸੀਂ ਭਰੋਸਾ ਕਰਦੇ ਹੋ ਅਤੇ ਆਪਣੇ ਜਜ਼ਬਾਤ ਸਾਂਝੇ ਕਰੋ ਆਪਣੀ ਸਿਹਤ ਸੰਭਾਲ ਪ੍ਰਦਾਤਾ ਤੱਕ ਪਹੁੰਚ ਕਰੋ ਆਨਲਾਈਨ ਵਸੀਲੇ ਲੱਭੋ ਅਤੇ ਆਪਣੇ ਇਲਾਕੇ ਵਿੱਚ ਸਹਾਰਾ ਦੇਣ ਵਾਲੇ ਸਮੂਹਾਂ ਦੀ ਪਾਲ ਕਰੋ ਗਰਭ ਡਿੱਗਣ ਦਾ ਅਨੁਭਵ ਕਰ ਚੁੱਕੇ ਦੂਜੇ ਲੋਕਾਂ ਤੋਂ ਸਹਾਰਾ ਹਾਸਲ ਕਰਨਾ ਉਪਚਾਰਕ ਹੋ ਸਕਦਾ ਹੈ ਗਰਭ ਧਿਕਣ ਬਾਰੇ ਵਧੇਰੇ ਜਾਣਕਾਰੀ ਲਈ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਵਸੀਲਿਆਂ ਅਤੇ ਸਹਾਰੇ ਦੀ ਪੂਰੀ ਸੂਚੀ ਲਈ ਕਿਰਪਾ ਕਰਕੇ ਇਸ ਵੈੱਬਸਾਈਟ ਤੇ ਜਾਓ www.bcwomens.ca ਅਤੇ ਮਿਸਕਾਰੇਜ ਸਰਚ ਕਰੋ